ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ ਯੂਕੇ ਟਰਬਨ ਟ੍ਰੇਨਰ। ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਕੋਇੰਟਰੀ। ਲਓ ਜੀ, ਆਪਾਂ ਪੈਦਲ ਚੱਲ ਕੇ ਅੱਗੇ ਆ ਗਏ ਹਾਂ ਜੀ। ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਅਤੇ ਇੱਥੇ ਇੱਕ ਸ਼ੋਪ ਦੀ ਲੋਕੇਸ਼ਨ ਪਾਈ ਆ। ਵੈਸੇ ਮੈਂ ਕੋਇੰਟਰੀ ਟਾਊਨ ਸੈਂਟਰ ਦੇ ਵਿੱਚ ਐਂਟਰ ਹੋ ਚੁੱਕਿਆ ਜੀ। ਲਓ ਜੀ, ਸ਼ੋਪ 'ਤੇ ਸਾਨੂੰ ਮਿਲ ਗਈ ਸੀ। ਆਪਾਂ ਇੱਥੋਂ ਕਰਾ ਲਿਆ ਜੀ ਪੈਕ ਖਾਣ ਪੀਣ ਦਾ ਸਮਾਨ। ਅਤੇ ਹੁਣ ਆਪਾਂ ਵੇਟ ਕਰ ਰਹੇ ਜੀ, ਟੈਕਸੀ ਵੀ ਬੁੱਕ ਕਰ ਲਈਏ ਜੀ। ਲਓ ਜੀ, ਟੈਕਸੀ ਆਪਣੀ ਆ ਗਈ ਸੀ, ਹੁਣ ਆਪਾਂ ਚੱਲੇ ਜੀ ਆਪਣੇ ਹੋਟਲ ਰੂਮ 'ਚ। ਲਓ ਜੀ, ਆਪਾਂ ਹੋਟਲ ਦੇ ਵਿੱਚ ਪਹੁੰਚ ਗਏ ਜੀ ਅਤੇ ਚੈੱਕ ਇਨ ਕਰਾਉਂਦੇ ਹਾਂ ਜੀ। ਆਪਾਂ ਕਰਾਉਂਦੇ ਹਾਂ ਜੀ ਚੈੱਕ ਇਨ ਅਤੇ ਚੱਲਦੇ ਹਾਂ ਜੀ ਰੂਮ 'ਚ। ਲਓ ਜੀ, ਚੈੱਕ ਇਨ ਆਪਾਂ ਕਰਾ ਲਿਆ ਜੀ ਅਤੇ ਸਾਨੂੰ ਕਾਰਡ ਮਿਲ ਗਿਆ ਜੀ। ਅਤੇ ਲਓ ਜੀ, 272 ਕਰਦੇ ਹਾਂ ਜੀ ਓਪਨ। ਲਓ ਜੀ, ਓਪਨ ਕਰਤਾ ਜੀ ਆਪਾਂ। ਅਤੇ ਇੱਥੋਂ ਕਰਦੇ ਹਾਂ ਜੀ ਲਾਈਟਸ ਔਨ। ਸਾਹਮਣੇ ਐਂਟਰ ਹੁੰਦਾ ਹੀ ਸ਼ੀਸ਼ਾ ਲੱਗਿਆ ਜੀ। ਸਵੇਰੇ ਇੱਥੇ ਬੰਨਿਆ ਗਿਆ ਜੀ ਪੱਗ, ਆਪਾਂ ਹੁਣ ਆਪਾਂ ਫਿਲਹਾਲ ਪਰਨਾ ਬੰਨਿਆ ਹੋਇਆ। ਅਤੇ ਲੈਫਟ ਹੈਂਡ ਸਾਈਡ 'ਤੇ ਜਿਹੜਾ ਆ ਵਾਸ਼ਰੂਮ ਹੈ ਜੀ, ਇੱਧਰ ਇੱਧਰ ਵੀ ਲੱਗਿਆ ਹੋਇਆ ਸ਼ੀਸ਼ਾ। ਅਤੇ ਇਹ ਕੁਛ ਇੱਦਾਂ ਦਾ ਵਿਊ ਆ ਜੀ ਆਪਣੇ ਰੂਮ ਦਾ। ਅਤੇ ਹੁਣ ਆਪਾਂ ਕਰਾਂਗੇ ਜੀ ਰੈਸਟ ਅਤੇ ਸਵੇਰੇ ਬੰਨਾਂਗੇ ਜੀ ਵੀਰੇ ਦਾ ਪੱਗ। ਇੱਕ ਹੋਰ ਮਿਰਰ ਲੱਗਾ ਹੋਇਆ ਫਰੰਟ 'ਤੇ ਅਤੇ ਸਵੇਰੇ ਆਪਾਂ ਬੰਨਾਂਗੇ ਵੀਰੇ ਦੇ ਪੱਗ ਅਤੇ ਨਾਲੇ ਤੁਹਾਨੂੰ ਦਿਖਾਵਾਂਗੇ ਜੀ। ਅਤੇ ਮਿਲਦੇ ਹਾਂ ਜੀ ਸਵੇਰੇ ਆਪਾਂ। ਗੁੱਡ ਮੋਰਨਿੰਗ, ਅਤੇ ਪੱਗ ਆਪਾਂ ਬੰਨ ਲਈਏ ਜੀ, ਰੈਡੀ ਹੋ ਗਏ ਹਾਂ। ਅਤੇ ਹੁਣ ਚੱਲੇ ਹਾਂ ਜੀ ਆਪਾਂ ਰੂਮ, ਕਰਦੇ ਜੀ ਆਪਾਂ ਚੈੱਕਆਊਟ। ਲਾਈਟਸ ਕਰ ਦਈਏ ਬੰਦ ਅਤੇ ਚੱਲੀਏ ਜੀ। ਲੋਕ ਹੋ ਗਿਆ ਜੀ ਆਪਣਾ। ਲਿਫਟ ਆ ਗਈ ਜੀ। ਲਓ ਜੀ, ਆਪਾਂ ਜਾਣਾ ਆ ਗਰਾਊਂਡ ਫਲੋਰ। ਲਓ ਜੀ, ਛੇ ਵਜੇ ਜੀ ਰਿਸੈਪਸ਼ਨ ਖਾਲੀ ਪਿਆ ਜੀ ਬਿਲਕੁਲ। ਚੈੱਕ ਆਊਟ ਕੋਈ ਵੀ ਨਹੀਂ ਹੈਗਾ ਇੱਥੇ ਇਸ ਟਾਈਮ।
लो जी आप पहुँच गए ब्याह वाले घर, तो भाजी हुणी रेडी है जी, भाजी हुणी कुर्सी रख लगे है जी, तो पग बननी है भाजी, तो पग बनते हैं तो तुहानू दिखाउने आ। लो जी क्वेंट्री स्टेशन पर पहुँच गया जी, बैक टू होम चलें जी आप। लो जी फाइनली आप घर पहुँच गए जी, तो थानू अज का ब्लॉग कि लगे जी कमेंट लाइक तो शेयर जरूर करो जी, तो चैनल में कर लो सबसक्राइब, तो मिलते हैं जी आप अगली वीडियो, रब रखा।